ਸਤਨਾਮ ਜੀ ਵਾਹਿਗੁਰੂ ਸਾਹਿਬ ਜੀ ਮ੍ਰਿਤਕ ਕਉ ਜੀਵਾਲਣ ਹਾਰ ਭੁਖ ਕਉ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੀ ਪੁਰਬ ਲਿਖੇ ਕਾ ਲੈਣਾ ਪਾਹੀ ਸਭ ਕਿਛ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਭਾਗਾਂ ਵਾਲੇ ਸਤਸੰਗੀ ਜਨੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 15ਵੀਂ ਅਸ਼ਟਪਦੀ ਦੀ ਇਹ 7ਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ। ਅੱਜ ਆਪਾਂ ਇਸ 7ਵੀਂ ਪੌੜੀ ਨੂੰ ਸਮਝਣ ਦਾ, ਵਿਚਾਰਨ ਦਾ, ਹਿਰਦੇ ਵਿੱਚ ਵਸਾਵਣ ਦਾ ਯਤਨ ਕਰਾਂਗੇ। ਇਸ ਗੁਰਮੁਖੋ 7ਵੀਂ ਪੌੜੀ ਦੇ ਅੰਦਰ ਨਾ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਸਮਰੱਥਾ, ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਤਾਕਤ, ਉਸ ਵਾਹਿਗੁਰੂ ਪਰਮੇਸ਼ਰ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੀ ਗੱਲ ਕਰਦੇ ਨੇ ਕਿ ਉਹ ਵਾਹਿਗੁਰੂ ਆਪਣੇ ਜਪਣ ਵਾਲਿਆਂ ਦੇ ਉੱਪਰ ਕੀ ਕਿਰਪਾ ਕਰਦਾ ਹੈ। ਦੇਖੋ, ਇੱਕ ਬਚਨ ਬੜੇ ਧਿਆਨ ਨਾਲ ਸਮਝੋ। ਪਰਮਾਤਮਾ ਦੀਆਂ ਕੁਝ ਬਖਸ਼ਿਸ਼ਾਂ ਐਸੀਆਂ ਨੇ ਜਿਹੜੀਆਂ ਚੋਰ ਨੂੰ ਵੀ ਮਿਲੀਆਂ, ਸਾਧ ਨੂੰ ਵੀ ਮਿਲੀਆਂ, ਠੱਗ ਨੂੰ ਵੀ ਮਿਲੀਆਂ, ਬੇਈਮਾਨ ਨੂੰ ਵੀ ਮਿਲੀਆਂ, ਨਾਮ ਜਪਣ ਵਾਲੇ ਨੂੰ ਵੀ ਮਿਲੀਆਂ, ਪਸ਼ੂ ਨੂੰ ਵੀ ਮਿਲੀਆਂ, ਪੰਛੀ ਨੂੰ ਵੀ ਮਿਲੀਆਂ। ਕੁਝ ਬਖਸ਼ਿਸ਼ਾਂ ਤਾਂ ਐਸੀਆਂ ਨੇ ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਸਾਨੂੰ ਮਨੁੱਖਾ ਸਰੀਰ ਦੇ ਦਿੱਤਾ, ਜਿਹੜਾ ਉਹਨੂੰ ਜਪ ਰਿਹਾ ਹੈ ਉਹਨੂੰ ਵੀ ਦੇ ਦਿੱਤਾ,
ਤੇ ਜਿਹੜਾ ਕਹਿੰਦਾ ਰੱਬ ਹੁੰਦਾ ਹੀ ਨਹੀਂ। ਇੱਕ ਤਾਂ ਬੰਦਾ ਹੁੰਦਾ ਨਾ ਵੀ ਮੈਂ ਰੱਬ ਨੂੰ ਜੀ ਮੈਂ ਗੁਰਦੁਆਰੇ ਨਹੀਂ ਜਾਂਦਾ, ਮੈਂ ਮੰਦਰ ਨਹੀਂ ਜਾਂਦਾ। ਐਸੇ ਵੀ ਹਨ ਜਿਹੜੇ ਕਹਿੰਦੇ ਰੱਬ ਹੁੰਦਾ ਹੀ ਨਹੀਂ। ਅੱਛਾ, ਉਹਨਾਂ ਨੂੰ ਵੀ ਦੇ ਦਿੱਤਾ ਸਵਾਸ, ਹਵਾ, ਪਾਣੀ, ਇਸ ਇਹ ਸਭ ਨੂੰ ਦਿੱਤਾ ਨਾ। ਇਹ ਸਾਂਝੀਆਂ ਦਾਤਾਂ ਨੇ ਦਿੱਤੀਆਂ ਸਭ ਨੂੰ। ਕੁਛ ਦਾਤਾਂ ਐਸੀਆਂ ਨੇ ਜਿਹੜੀਆਂ ਜਪਣ ਵਾਲਿਆਂ ਨੂੰ ਮਿਲਦੀਆਂ। ਚੇਤਾ ਰੱਖੋ ਜੀ, ਉਹ ਜੋ ਜੋ ਜਪੇਗਾ ਉਹ ਪ੍ਰਾਪਤ ਕਰ ਲਏਗਾ। ਅੱਛਾ, ਇਹ ਸੀ ਵੀ ਵਖਰੇਵਾਂ ਉਹਦੇ ਵਿੱਚ ਵੀ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਜੋ ਜੋ ਜਪ ਲਏਗਾ ਉਹ ਮਿਲ ਜਾਣਗੀਆਂ। ਤੋ ਆਤਮਕ ਸੁੱਖ, ਸੱਤ, ਸੰਤੋਖ, ਧਰਮ, ਧੀਰਜ, ਦਇਆ, ਨਿਮਰਤਾ, ਜ਼ਿੰਦਗੀ ਦਾ ਵਿਕਾਸ, ਇਹ ਗੁਰਮੁਖੋ ਪ੍ਰਭੂ ਪਰਮੇਸ਼ਰ ਦੀਆਂ ਉਹ ਦਾਤਾਂ ਨੇ ਜਿਹੜੀਆਂ ਕਿਸੇ ਦੁਕਾਨ ਤੋਂ ਨਹੀਂ ਮਿਲਦੀਆਂ, ਕਿਸੇ ਡਾਕਟਰ ਕੋਲੋਂ ਨਹੀਂ ਮਿਲਦੀਆਂ। ਇਹ ਕੇਵਲ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਜਪਿਆ ਉਹਨਾਂ ਨੂੰ ਮਿਲੀਆਂ ਨੇ। ਜਿਹੜੀ ਅੱਜ ਇਹ ਪਾਵਨ ਪੌੜੀ ਹੈ ਨਾ, ਸੱਤਵੀਂ ਪੰਦਰਵੀਂ ਅਸ਼ਟਪਦੀ ਦੀ, ਇਹਦੇ ਵਿੱਚ ਉਹਨਾਂ ਦਾਤਾਂ ਦੀ ਗੱਲ ਕੀਤੀ ਹੈ ਜਿਹੜੀਆਂ ਦਾਤਾਂ ਸਾਰਿਆਂ ਨੂੰ ਨਹੀਂ ਮਿਲਦੀਆਂ, ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਮਿਲੀਆਂ ਨੇ। ਜੋ ਜੋ ਜਪ ਲੈਣਗੇ ਉਹ ਪ੍ਰਾਪਤ ਕਰ ਲੈਣਗੇ। ਜੇ ਬ੍ਰਾਹਮਣਾਂ ਦੇ ਘਰ ਵਿੱਚ ਜੰਮੇ ਹੋਏ ਭਗਤ ਤਰਲੋਚਣ ਨੇ ਜਪ ਲਿਆ ਅਤੇ ਉਹਨੂੰ ਵੀ ਮਿਲ ਗਈਆਂ, ਖੇਤ ਵਿੱਚ ਹਲ ਲਵਾਉਣ ਵਾਲੇ ਬਾਬੇ ਧੰਨੇ ਨੇ ਜਪ ਲਿਆ ਉਹਨੂੰ ਵੀ ਮਿਲ ਗਈਆਂ, ਕੱਪੜਾ ਬਣਾਉਣ ਵਾਲੇ ਭਗਤ ਕਬੀਰ ਸਾਹਿਬ ਨੇ ਵੀ ਜਪ ਲਿਆ ਉਹਨੂੰ ਵੀ ਮਿਲ ਗਈਆਂ, ਮਰੇ ਹੋਏ ਪਸ਼ੂਆਂ ਨੂੰ ਢੋਣ ਵਾਲੇ ਭਗਤ ਰਵਿਦਾਸ ਸਾਹਿਬ ਨੂੰ ਵੀ ਮਿਲ ਗਈਆਂ। ਮਤਲਬ ਕਿ ਉਹ ਦਾਤਾਂ ਜਿਹੜੀਆਂ ਆਤਮਕ ਸੁੱਖ ਦਿੰਦੀਆਂ ਨੇ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਜ ਬਖਸ਼ਿਸ਼ ਕਰਦੇ ਨੇ ਉਹਨਾਂ ਦਾਤਾਂ ਦੀ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ। ਪਹਿਲਾ ਬਚਨ ਕੀ ਕਹਿੰਦੇ ਨੇ, ਮਿਰਤਕ ਕਉ ਜੀਵਾ ਲਨਹਾਰ। ਉਹ ਪਰਮਾਤਮਾ 'ਚ ਇੰਨੀ ਸਮਰੱਥ ਹੈ, ਉਹਦੇ 'ਚ ਇੰਨੀ ਤਾਕਤ ਹੈ, ਉਹ ਜਦੋਂ ਆਪਣੀ ਰਹਿਮਤ ਕਰਦਾ ਨਾ, ਆਪਣੀ ਕਿਰਪਾ ਕਰਦਾ, ਉਹ ਮੁਰਦਿਆਂ ਨੂੰ ਵੀ ਜਿਉਂਦੇ ਕਰ ਦਿੰਦਾ। ਹੁਣ ਇਹ ਬਚਨ ਬੜਾ ਧਿਆਨ ਨਾਲ ਸਮਝਣਾ ਪਏਗਾ, ਨੁਕਤਾ ਬੜੀ ਧਿਆਨ ਨਾਲ ਸਮਝ। ਮਰਿਆਂ ਹੋਇਆਂ ਨੂੰ ਜਿਉਂਦੇ ਕਰ ਦਿੰਦਾ। ਹੁਣ ਇੱਥੇ ਮਰੇ ਹੋਏ ਜਿਉਂਦਿਆਂ ਕਰਨ ਦਾ ਅਰਥ ਇਹ ਨਹੀਂ ਵੀ ਜਿਹੜਾ ਮਰ ਗਿਆ ਸਰੀਰਕ ਤੌਰ ਦੇ ਉੱਤੇ ਫੂਕਣ ਜਾ ਰਹੇ ਸੀ ਉਹਨੂੰ ਜਿਉਂਦਾ ਕਰਤਾ, ਇਹਦਾ ਅਰਥ ਕਦੇ ਨਹੀਂ ਲੈਣਾ। ਕਿਉਂਕਿ ਧਰਮ ਦੀ ਦੁਨੀਆ ਅੰਦਰ, ਗੁਰੂ ਨਾਨਕ ਦੇ ਘਰ ਦੇ ਅੰਦਰ ਗੁਰਮੁਖੋ ਸਰੀਰ ਦਾ ਪੈਦਾ ਹੋ ਜਾਣ ਨੂੰ ਜਨਮ ਨਹੀਂ ਮੰਨਿਆ ਗਿਆ, ਅਤੇ ਸਰੀਰ ਦੇ ਖਤਮ ਹੋਣ ਨੂੰ ਮਰਨਾ ਵੀ ਨਹੀਂ ਮੰਨਿਆ ਗਿਆ। ਕਿਉਂਕਿ ਧਰਮ ਦੀ ਇੱਕ ਆਪਣੀ ਪਰਿਭਾਸ਼ਾ ਹੁੰਦੀ ਹੈ ਨਾ, ਧਰਮ ਦੀ ਇੱਕ ਆਪਣੀ ਬੋਲੀ ਹੁੰਦੀ ਹੈ। ਇਹ ਬੜੇ ਧਿਆਨ ਨਾਲ ਸਮਝੋ।
ਜਿਵੇਂ ਇੱਕ ਬਚਨ ਸਮਝੋ ਜੀ, ਬਾਬਾ ਰਾਮ ਰਾਏ ਨੂੰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਦਰਬਾਰ ਭੇਜਿਆ ਸੀ ਨਾ, ਆਪਾਂ ਸਾਰੇ ਜਾਣਦੇ ਹਾਂ। ਔਰੰਗਜ਼ੇਬ ਨੇ ਉਹਦੇ ਕੋਲ ਔਰੰਗਜ਼ੇਬ ਦੇ ਕੋਲ ਕੁਝ ਸ਼ਿਕਾਇਤਾਂ ਪਹੁੰਚੀਆਂ, ਉੱਚ ਜਾਤੀਆਂ ਲੋਕਾਂ ਨੇ ਕੀਤੀਆਂ ਸੀ ਇੱਦਾਂ, ਅਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਵੀ ਜਾ ਪੁੱਤਰ ਤੂੰ ਜਵਾਬ ਦੇ ਕੇ ਆ। ਹੁਣ ਦੇਖੋ ਲੱਖਾਂ ਸਿੱਖਾਂ ਦੇ ਵਿੱਚੋਂ ਬਾਬੇ ਰਾਮ ਰਾਏ ਨੂੰ ਭੇਜਿਆ, ਇਹਦਾ ਅਰਥ ਵੀ ਬਾਬਾ ਰਾਮ ਰਾਏ ਪੜ੍ਹਾਈ ਵਿੱਚ ਲਿਖਾਈ ਵਿੱਚ ਜਵਾਬਦੇਹੀ ਦੇ ਵਿੱਚ ਬੜਾ ਉੱਤਮ ਹੋਵੇਗਾ ਨਾ, ਵੀ ਇੰਨਾ ਵੱਡਾ ਦਰਬਾਰ ਹੈ ਉੱਥੇ ਇੰਨੇ ਵੱਡੇ ਵਿਦਵਾਨ ਪੁਰਸ਼ ਹੋਣਗੇ, ਕਾਜੀ ਮੁੱਲਾ ਹੋਣਗੇ, ਇਹ ਜਵਾਬ ਦੇ ਸਕਦਾ, ਇਹਨੂੰ ਭੇਜੋ, ਇਹ ਤੇਜ ਹੈ ਸਾਰਿਆਂ ਦੇ ਵਿੱਚੋਂ, ਸਿਲੈਕਟ ਕਰਕੇ ਭੇਜਿਆ ਨਾ। ਉੱਥੇ ਜਾ ਕੇ ਬਾਬਾ ਰਾਮ ਰਾਏ ਨੇ ਸ਼ੋਭਾ ਵਡਿਆਈ ਦੇਖੀ, ਜਿਤਮਾਣੀ ਬੜਾ ਕੀਤਾ। ਤੁਸੀਂ ਹੁਣ ਦੇਖਦੇ ਨਹੀਂ ਪਿਆ ਵੋਟਾਂ ਵਿੱਚ ਕਿਵੇਂ ਲੀਡਰ ਚੱਕੀ ਫਿਰਦੇ ਜਵਾਕਾਂ ਨੂੰ, ਗਰੀਬਾਂ ਦੇ ਨੂੰ ਇੱਦਾਂ ਚੱਕ ਲੈਂਦੇ ਆ ਕੇ। ਆਪਾਂ ਇਹ ਥੋੜ੍ਹਾ ਕਹਾਂਗੇ ਵੀ ਪਿਆਰ ਕਰਦੇ ਆ, ਪਿਆਰ ਨਹੀਂ ਕਰਦੇ, ਉਹਨਾਂ ਦਾ ਤਰੀਕਾ ਹੈ ਆਪਣਾ ਇਹ, ਸਾਨੂੰ ਚਾਹੀ ਚੜ੍ਹ ਜਾਂਦਾ ਮੇਰੇ ਜਵਾਕ ਨੂੰ ਚੱਕ ਲਿਆ ਇਸੇ ਨੂੰ ਪਾਉਣੀ ਹੈ ਵੋਟ, ਇੱਦਾਂ ਕਰਕੇ। ਤੋ ਇੱਦਾਂ ਕਰਕੇ ਹੁਣ ਔਰੰਗਜ਼ੇਬ ਨੇ ਕੀ ਕੀਤਾ, ਸੇਵਾ ਹੀ ਇੰਨੀ ਕੀਤੀ, ਵਡਿਆਈ ਇੰਨੀ ਕੀਤੀ, ਤੁਸੀਂ ਤਾਂ ਰੱਬ ਰੂਪ ਹੀ ਹੋ ਜੀ, ਆਪਣੇ ਬਰੋਬਰ ਹੀ ਬਿਠਾ ਲਿਆ ਔਰੰਗਜ਼ੇਬ ਨੇ, ਉਹ ਜਿਹੜੀ ਮਾਇਆ ਸੀ ਉਹਨੇ ਪ੍ਰਭਾਵ ਦਿਖਾ ਦਿੱਤਾ ਆਪਣਾ, ਉਹ ਜੋ ਔਰੰਗਜ਼ੇਬ ਕਹਿੰਦਾ ਉਹੀ ਕਰੀ ਜਾਂਦੇ ਆ, ਜਿਹੜੀਆਂ ਸਿੱਧੀਆਂ ਕਰਾਮਾਤਾਂ ਸਨ ਕੋਲ ਕਿਉਂਕਿ ਗੁਰੂ ਕੇ ਅੰਸ਼ਵੰਸ਼ ਸੀ, ਉਹ ਸਾਰੀਆਂ ਦਿਖਾ ਦਿੱਤੀਆਂ। ਇੱਥੋਂ ਤੱਕ ਕਿ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਪੰਕਤੀ ਬਦਲ ਦਿੱਤੀ। ਤੁਹਾਨੂੰ ਪਤਾ ਸਾਰਾ ਇਤਿਹਾਸ ਹੀ, ਮੈਂ ਸਿਰਫ ਕਰ ਰਿਹਾ ਵੀ ਗੁਰੂ ਘਰ ਵਿੱਚ ਜਨਮ ਲੈਣਾ ਅਤੇ ਮਰਨਾ ਕੀ ਹੁੰਦਾ ਹੈ, ਮ੍ਰਿਤਕ ਕੌ ਜੀਵਨ ਹਾਂ, ਥੋੜ੍ਹਾ ਜਿਹਾ ਧਿਆਨ ਨਾਲ ਸਮਝੋ ਜੀ। ਪੰਕਤੀ ਬਦਲ ਦਿੱਤੀ, ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਲਿਖੀ ਵੀ ਗੁਰੂ ਹਰਿਰਾਇ ਸਾਹਿਬ ਜੀ ਭਾਣਾ 'ਤੇ ਇਹ ਵਾਪਰ ਗਿਆ, ਅਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਕਿਹਾ ਸਾਡੇ ਲਈ ਅੱਡ ਤੋਂ ਬਾਅਦ ਰਾਮ ਰਾਏ ਮਰ ਗਿਆ, ਸਾਡੇ ਲਈ ਅੱਜ ਤੋਂ ਬਾਅਦ ਰਾਮ ਰਾਏ ਮਰ ਗਿਆ। ਹੁਣ ਗੁਰਮੁਖੋ ਮਰਿਆ ਥੋੜ੍ਹਾ ਸੀ ਕਿਤੇ, ਉਹ ਤਾਂ ਦੇਹਰਾਦੂਨ ਰਹਿੰਦਾ ਰਿਹਾ ਬਹੁਤ ਸਮਾਂ, ਤੁਸੀਂ ਦੇਹਰਾਦੂਨ ਜਾਓ ਨਾ, ਉੱਥੇ ਰਾਮ ਰਾਏ ਦਾ ਉਹ ਬਣਿਆ ਹੋਇਆ ਦਿਉਰਾ, ਬੜੀਆਂ ਜ਼ਮੀਨਾਂ ਜ਼ਿਆਦਾਤਾਂ ਨੇ ਰਾਮ ਰਾਏ ਦੀਆਂ, ਉਹ ਬੜਾ ਲੰਮਾ ਸਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਾਅਦ ਵਿੱਚ ਮਿਲਦਾ ਪੌਂਟਾ ਸਾਹਿਬ ਜਾ ਕੇ। ਉਹ ਪਰ ਗੁਰੂ ਪਾਤਸ਼ਾਹ ਨੇ ਕਿਹਾ ਵੀ ਸਾਡੇ ਵੱਲੋਂ ਮਰ ਗਿਆ, ਅਰਥ ਕੀ ਬਣਿਆ, ਗੁਰੂ ਘਰ ਦੇ ਵਿੱਚ, ਹੁਣ ਸਮਝੋ ਗੁਰੂ ਘਰ ਦੇ ਵਿੱਚ ਰੱਬ ਨੂੰ ਭੁੱਲ ਜਾਣਾ ਅਤੇ ਗੁਰੂ ਦੇ ਹੁਕਮ ਨੂੰ ਵਿਸਾਰ ਦੇਣਾ ਹੀ ਮੁਰਦਾ ਹੋਣਾ ਹੁੰਦਾ, ਇੱਥੇ ਉਹਨੂੰ ਮੁਰਦਾ ਮੰਨਿਆ ਜਾਂਦਾ ਜਿਹਨੇ ਰੱਬ ਨੂੰ ਭੁਲਾ ਦਿੱਤਾ ਉਹ ਮਰ ਗਿਆ, ਜਿਹਨੇ ਗੁਰੂ ਦੇ ਹੁਕਮ ਨੂੰ ਛੱਡ ਦਿੱਤਾ ਉਹ ਮਰ ਗਿਆ, ਇੱਥੇ ਰੱਬ ਨੂੰ ਭੁਲਾਉਣਾ ਹੀ ਮੁਰਦਾ। ਅਤ ਸੁੰਦਰ ਕੁਲੀਨ ਚਤਰ ਮੁੱਖ ਅਗਿਆਨੀ ਧਨਵੰਤ,
ਕਹਿੰਦੇ ਉੱਚੀ ਕੁੱਲ ਵਾਲਾ ਵੀ ਹੋਵੇ, ਅਤ ਕੁਲੀਨ ਚਤਰ ਸਿਆਣਾ ਵੀ ਹੋਵੇ, ਮੁੱਖ ਅਯਾਨੀ ਮੁੱਖ ਵਿੱਚੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ, ਧਨਵੰਤ ਅਮੀਰ ਵੀ ਬਹੁਤ ਹੋਵੇ। ਵੈਸੇ ਇਹ ਸਾਰੇ ਗੁਣ ਬਹੁਤ ਘੱਟ ਹੁੰਦੇ ਆ ਪਰ ਜੇ ਕਿਸੇ 'ਚ ਹੋਣ। ਪਰ ਪਾਤਸ਼ਾਹ ਕਹਿੰਦੇ ਇਹ ਸਾਰੇ ਗੁਣ ਹੁੰਦਿਆਂ ਹੋਇਆਂ ਮ੍ਰਿਤਕ ਕਈ ਹੈ ਨਾਨਕਾ, ਉਸ ਬੰਦੇ ਨੂੰ ਮੁਰਦਾ ਕਿਹਾ ਜਾਏਗਾ ਜੇ ਪ੍ਰੀਤ ਨਹੀਂ ਭਗਵੰਤ, ਜੇ ਰੱਬ ਨਾਲ ਪਿਆਰ ਨਹੀਂ ਹੈ। ਰੱਬ ਨੂੰ ਭੁਲਾਉਣ ਦਾ ਅਰਥ ਹੈ ਮਰ ਜਾਣਾ। ਦੇਖੋ ਪਿਛਲੇ ਦਿਨੀ ਨਾ 15 ਕੁ ਦਿਨ ਦੀ ਗੱਲ ਹੈ, ਮੇਰੇ ਦੋਸਤ ਨੇ, ਇੱਕ ਇੰਦੌਰ ਰਹਿੰਦੇ ਆ, ਉਹ ਪਾਕਿਸਤਾਨ ਦੇ ਵਿੱਚੋਂ ਇੱਧਰ ਆਏ ਆ। ਉੱਧਰ ਕਿਸੇ ਸਮੇਂ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ MP ਵੀ ਰਹੇ, ਤਾਂ ਮੈਂ ਇੰਦੌਰ ਰਿਹਾ, ਉਹ ਮੇਰੇ ਨਾਲ ਸੂਰਜ ਪ੍ਰਕਾਸ਼ ਦੀ ਪੋਥੀ ਵੀ ਪੜ੍ਹਾਉਂਦੇ ਰਹੇ, ਇੰਨੀ ਨਿਮਰਤਾ ਸੀ ਉਹਨਾਂ ਦੇ ਵਿੱਚ। ਅਤੇ ਪਿਛਲੇ ਦਿਨੀ ਉਹ ਮੈਂ ਗੱਲਾਂ ਕਰਦਾ ਕਰਦਾ ਅਤੇ ਉਹਨਾਂ ਦੇ ਦੋ ਬੱਚੇ ਇੱਥੇ ਨੇ, ਇੱਕ ਬੱਚਾ ਉਹ ਡਾਕਟਰ ਹੈ ਅਤੇ ਉਹ ਪਾਕਿਸਤਾਨ ਦੇ ਵਿੱਚ। ਉਹ ਮੈਂ ਕਿਹਾ ਜੀ, ਮੈਂ ਕਿਹਾ ਜੀ ਰਵੀ ਸਿੰਘ ਦਾ ਕੀ ਹਾਲ ਹੈ? ਉਹਦਾ ਬੇਟਾ ਰਵੀ ਸਿੰਘ ਹੈ। ਕਹਿੰਦਾ ਗਿਆਨੀ ਜੀ ਉਹ ਮਰ ਗਿਆ। ਮੈਂ ਕਿਹਾ ਤੁਸੀਂ ਦੱਸਿਆ ਹੀ ਨਹੀਂ। ਅੱਛਾ, ਮੇਰੇ ਮਨ ਵਿੱਚ ਇੱਦਾਂ ਹੀ ਵੀ ਤੁਸੀਂ ਦੱਸਿਆ ਹੀ ਨਹੀਂ। ਕਹਿੰਦਾ ਗਿਆਨੀ ਜੀ ਉਹ ਮਰ ਗਿਆ, ਦੱਸਣਾ ਕੀ ਸੀ? ਮੈਂ ਕਿਹਾ ਦੱਸਣਾ ਚਾਹੀਦਾ ਸੀ, ਚਲੋ ਅਸੀਂ ਪਹੁੰਚਦੇ ਤੁਹਾਡੇ ਇੱਦਾਂ। ਉਹ ਕਹਿਣ ਲੱਗਾ ਗਿਆਨੀ ਜੀ ਉਹਨੇ ਕੇਸ ਕਟਾ ਦਿੱਤੇ। ਦੇਖੋ ਅਜੇ ਵੀ ਸਿੱਖ ਪਏ ਨੇ ਇੱਦਾਂ ਦੇ। ਉਹ ਕਹਿੰਦਾ ਜੀ ਮੇਰੇ ਵੱਲੋਂ ਉਹ ਮਰ ਗਿਆ, ਹੁਣ ਉਹ ਡਾਕਟਰ ਬਣੇ, ਕਿਤੇ ਹੋਰ ਜਾਵੇ ਕਿਤੇ ਨਾ ਜਾਵੇ, ਬਸ ਉਹ ਮਰ ਗਿਆ ਮੇਰੇ ਲਈ ਕਿਉਂਕਿ ਕੇਸ ਕਟਾ ਦਿੱਤੇ ਉਹਨੇ। ਹੁਣ ਇਹ ਵੀ ਇੱਕ ਪਰਿਭਾਸ਼ਾ ਹੈ ਮਰਨ ਦੀ, ਇੱਦਾਂ ਕਰਕੇ। ਤੋ ਗੁਰਮੁਖੋ, ਧਰਮ ਦੀ ਦੁਨੀਆ ਅੰਦਰ ਰੱਬ ਨੂੰ ਭੁਲਾਉਣਾ ਹੀ ਮਰ ਜਾਣਾ ਹੁੰਦਾ। ਇੱਕ ਮਰ ਜਾਣਾ ਹੋਰ ਹੁੰਦਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਗੁਰੂ ਦੇ ਸ਼ਬਦ ਦੇ ਵਿੱਚ ਮਰ ਜਾਣਾ, ਇਹ ਵੀ ਮਰਨਾ ਹੁੰਦਾ। ਜਿਹੜਾ ਸਿੱਖ ਆ ਨਾ, ਉਹ ਆਪਣੀ ਹਉਮੈ ਨੂੰ ਤਿਆਗ ਕੇ, ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ, ਕਹਿਣ ਲੱਗੇ ਸਾਰਾ ਸੰਸਾਰ ਮਰੀ ਜਾਂਦਾ ਨਾ ਇੱਦਾਂ ਤੇ। ਪਰ ਅਸਲ ਵਿੱਚ ਮਰਨਾ ਕੀ ਹੁੰਦਾ? ਇਹ ਕਿਸੇ ਵਿਰਲੇ ਨੇ ਜਾਣਿਆ, ਇਹ ਨੁਕਤਾ ਸਮਝੋ। ਅਸਲ ਵਿੱਚ ਮਰਨਾ ਕੀ ਹੁੰਦਾ? ਤਿੰਨ ਤਰ੍ਹਾਂ ਦਾ ਮਰਨਾ। ਇੱਕ ਤਾਂ ਸਰੀਰ ਤੱਕ ਪ੍ਰਾਣ ਨਿਕਲ ਜਾਣੇ ਸਰੀਰ ਵਿੱਚੋਂ, ਉਹ ਤਾਂ ਨਿਕਲ ਹੀ ਜਾਣੇ ਸਾਡੇ ਸਾਰਿਆਂ ਦੇ। ਦੂਜਾ ਹੁੰਦਾ ਰੱਬ ਨੂੰ ਭੁਲਾ ਦੇਣਾ, ਅਤੇ ਤੀਜਾ ਹੁੰਦਾ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਕੇ ਗੁਰੂ ਵਿੱਚ ਲੀਨ ਹੋ ਜਾਣਾ, ਆਪਣੀ ਹਸਤੀ ਨੂੰ ਮਿਟਾ ਲੈਣਾ, ਜਿਵੇਂ ਪੰਜ ਪਿਆਰਿਆਂ ਨੇ ਆਪਣੀ ਹਸਤੀ ਨੂੰ ਮਿਟਾ ਲਿਆ, ਇੱਦਾਂ। ਇਹਨੂੰ ਵੀ ਮਰਨਾ ਕਹਿੰਦੇ ਆ। ਇੱਥੇ ਗੁਰਮੁਖੋ, ਮ੍ਰਿਤਕ ਕਉ ਜੀ ਵਾਲਣ ਹਾਰ, ਜਿਹੜੇ ਰੱਬ ਨੂੰ ਭੁਲਾ ਕੇ ਮਰ ਗਏ ਸਨ, ਜਿਹੜੇ ਰੱਬ ਨੂੰ ਭੁਲਾਈ ਬੈਠੇ ਸੀ, ਜਿਹੜੇ ਆਪਣੇ ਅੰਤਰੀਵ ਰੱਬੀ ਗੁਣ ਗਵਾ ਬੈਠੇ ਸੀ, ਮ੍ਰਿਤਕ ਜੀ ਵਾਲਣ ਹਾਰ, ਪਰਮੇਸ਼ਰ ਜੀ ਉਹਨਾਂ ਨੂੰ ਵੀ ਗੁਰੂ ਰਾਹੀਂ ਨਾਮ ਦੀ ਦਾਤ ਦੇ ਕੇ ਜਿਉਂਦੇ ਕਰ ਦਿੰਦਾ। ਇੱਕ ਵਚਨ ਸਮਝੋ ਹੋਰ। ਗੁਰੂ ਨਾਨਕ ਸਾਹਿਬ ਜੋਗੀਆਂ ਨਾਲ ਗੱਲਾਂ ਬਾਤਾਂ ਕਰ ਰਹੇ ਹੈ, ਉੱਥੇ ਜੋਗੀਆਂ ਨੇ ਇੱਕ ਸਵਾਲ ਵੀ ਕੀਤਾ ਸੀ, ਮੈਨੂੰ ਚੇਤਾ ਆ ਰਿਹਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ, ਕਿੱਤ ਬਿੱਧ ਪੁਰਖਾਂ ਜਨਮ ਵਟਾਇਆ, ਸਿੱਧ ਗੋਸ਼ਟ ਦੀ ਬਾਣੀ। ਪੁਰਖਾਂ ਦਾ ਅਰਥ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਹੋ, ਕਿੱਤ ਬਿੱਧ ਪੁਰਖਾਂ
ਇਹ ਗੁਰੂ ਨਾਨਕ ਸਾਹਿਬ ਜੀ ਕਿਹੜੇ ਤਰੀਕੇ ਦੇ ਨਾਲ ਕਿਉਂ ਜਨਮ ਵਟਾਇਆ, ਇਹ ਜਨਮ ਵਟਾ ਲਿਆ, ਇਹ ਜੀਵਨ ਬਦਲ ਲਿਆ ਆਪਣਾ। ਚੰਗੇ ਭਲੇ ਘਰ ਵਿੱਚ ਰਹਿੰਦੇ ਸੀ, ਜ਼ਮੀਨਾਂ ਸੀ, ਜਾਇਦਾਦਾਂ ਸੀ, ਨੌਕਰ ਚਾਕਰ ਸੀ, ਅਤੇ ਹੁਣ ਨਾਲ ਲੈ ਕੇ ਆਪਣੇ ਸਾਥੀ ਨੂੰ ਇੱਦਾਂ ਪੈਦਲ ਹੀ ਤੁਰੇ ਫਿਰਦੇ ਹੋ। ਇਹ ਇਹ ਕਿਉਂ, ਇਹ ਜ਼ਿੰਦਗੀ ਕਿਉਂ ਵਟਾ ਲਈ, ਇਹ ਜੀਵਨ ਕਿਉਂ ਵਟਾ ਲਿਆ, ਬਦਲ ਕਿਉਂ ਲਿਆ? ਹੁਣ ਇਹ ਸਵਾਲ ਕੀਤਾ ਜੋਗੀਆਂ ਨੇ ਵੀ ਕੀ ਲੋੜ ਪੈ ਗਈ ਸੀ। ਕਿਤ ਵਿਧ ਪੁਰਖਾਂ ਜਨਮ ਵਟਾਇਆ, ਅਤੇ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਨੇ, ਸਤ ਗੁਰ ਕੈ ਜਨਮੈ ਗਮਨ ਮਟਾਇਆ। ਸਿੱਧੋ ਸਤਿਗੁਰੂ ਦੇ ਘਰ ਵਿੱਚ ਜਨਮ ਲੈ ਲਈਏ ਅਤੇ ਆਵਾਗਾਉਣ ਮਿੱਟ ਜਾਂਦਾ ਹੈ। ਅਤੇ ਮੈਂ ਵੀ ਇਹੀ ਕੀਤਾ, ਮੈਂ ਇਹ ਇਹੀ ਕੀਤਾ, ਸਤਿਗੁਰ ਕੈ ਜਨਮੈ, ਸਤਿਗੁਰੂ ਦੇ ਘਰ ਜਨਮ ਲਿਆ, ਗਮਨ ਮਟਾਇਆ, ਗਮਨ ਮਿੱਟ ਜਾਂਦਾ, ਮੈਂ ਮਿਟਾਇਆ ਹੋਇਆ ਉਹ ਗਮਨ। ਇੱਦਾਂ ਹੁਣ ਸਤਿਗੁਰੂ ਦੇ ਘਰੇ ਜੰਮਿਆ ਗੁਰਮੁਖੋ, ਚੇਤਾ ਰੱਖੋ ਜਦੋਂ ਭਾਈ ਦਿਆ ਰਾਮ ਦਾ ਜਨਮ ਹੋਇਆ ਨਾ ਘਰ ਦੇ ਵਿੱਚ, ਮਾਂ ਪਿਓ ਨੇ ਤਾਂ ਦਿਆ ਰਾਮ ਹੀ ਰੱਖਿਆ ਸੀ। ਅੱਛਾ, ਅਨੰਦਪੁਰ ਸਾਹਿਬ ਦਿਆ ਰਾਮ ਹੀ ਗਿਆ ਸੀ, ਸੀਸ ਭੇਟ ਕੀਤਾ, ਦਿਆ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖੰਡੇ ਵਿੱਚੋਂ ਪੈਦਾ ਹੋਇਆ। ਭਾਈ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖੰਡੇ ਬਾਟੇ ਦੀ ਪਹੁਲ ਵਿੱਚੋਂ ਪੈਦਾ ਹੋਇਆ। ਧਰਮਦਾਸ ਹੀ ਸੀ ਪਹਿਲਾਂ, ਪਹਿਲਾਂ ਹਿੰਮਤ ਰਾਏ ਸੀ, ਹਿੰਮਤ ਸਿੰਘ, ਉਹ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਖੰਡੇ ਬਾਟੇ ਦੀ ਪਹੁਲ ਵਿੱਚੋਂ ਹੀ ਪੈਦਾ ਹੋਇਆ ਨਾ। ਪੰਜ ਪਿਆਰਾਂ ਦਾ ਜਨਮ ਗੁਰਮੁਖ ਉਹ ਹੈ, ਇੱਦਾਂ ਹੀ ਹੁੰਦਾ। ਬੂੜਾ ਅਤੇ ਘਰਦਿਆਂ ਨੇ ਰੱਖਿਆ ਸੀ ਨਾਮ, ਬਾਬਾ ਬੁੱਢਾ ਅਤੇ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚੋਂ ਪੈਦਾ ਹੋਇਆ। ਇਹ ਸਮਝਣਾ ਬੜੇ ਧਿਆਨ ਦੇ ਨਾਲ। ਇਸ ਕਰਕੇ ਇੱਕ ਬਚਨ ਅਸੀਂ ਹੋਰ ਵੀ ਪੜ੍ਹਦੇ ਹਾਂ, ਗੁਰੂ ਗੋਬਿੰਦ ਜਦੋਂ ਅਸੀਂ ਪੜ੍ਹਦੇ ਹਾਂ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸਤਿਗੁਰੂ ਦੀ ਮਹਿਮਾ ਹੀ ਹੈ ਨਾ ਉੱਥੇ, ਕੀ ਮਹਿਮਾ? ਸਿੰਘ ਬਲਾਈ ਹੋਏ ਗਏ ਉਹ ਤਰਨਮੇਰ ਦਖੀਤਾ, ਕਹਿੰਦੇ ਸ਼ੇਰ ਬਿੱਲੀ ਬਣ ਜਾਂਦਾ। ਹੁਣ ਇਹਦਾ ਅਰਥ ਕੀ ਬਣਿਆ? ਇਹ ਥੋੜ੍ਹਾ ਵੀ ਗੁਰੂ ਜੀ ਆਪਣੀ ਸ਼ਕਤੀ ਆਪਣੀ ਕਿਰਪਾ ਨਾਲ ਸ਼ੇਰ ਨੂੰ ਇੱਦਾਂ ਬਦਲ ਕੇ ਬਿੱਲੀ ਬਣਾ ਦਿੰਦੇ ਆ, ਇੱਦਾਂ ਥੋੜ੍ਹਾ? ਇਹ ਸਮਝੋ ਜੇ, ਸਿੰਘ ਬਿਲਾਈ ਹੋਏ ਗਏ ਹੋ, ਸ਼ੇਰ ਬਿੱਲੀ ਬਣ ਗਿਆ, ਕੀ ਬਣਦਾ? ਸ਼ੇਰ ਦਾ ਅਰਥ ਹੁੰਦਾ ਜ਼ਾਲਮ ਬਿਰਤੀ ਵਾਲਾ, ਸ਼ੇਰ ਇੱਦਾਂ ਹੀ ਹੁੰਦਾ ਨਾ। ਜ਼ਾਲਮ ਬਿਰਤੀ ਵਾਲੇ ਬੰਦੇ ਬਿੱਲੀਆਂ ਵਰਗੇ ਬਣ ਜਾਂਦੇ ਆ, ਇੱਦਾਂ ਭਾਵ ਕਿ ਆਪਣਾ ਜ਼ੁਲਮ ਛੱਡ ਜਾਂਦੇ ਆ। ਇਹ ਚੇਂਜ ਹੈ, ਗੁਰੂ ਜੀ ਇੱਦਾਂ ਬਦਲਦੇ ਨੇ। ਜੋ ਜੋ ਕਿਨੋ ਆਪਣੋ ਇਸ ਅਭੈ ਦਾਨ ਦਿੱਤਾ, ਗੁਰੂ ਪਾਤਸ਼ਾਹ ਅਭੈ ਬਖਸ਼ਿਸ਼ ਕਰ ਦਿੰਦੇ ਨੇ, ਭੈ ਤੋਂ ਰਹਿਤ ਕਰ ਦਿੰਦੇ ਨੇ। ਸ਼ਰਮ ਕਰਤੇ ਅਡਦਾਮ ਕੋ ਅਤੇ ਗਣੀ ਧਨੀਤਾ, ਇਹ ਬਦਲਾਵ ਗੁਰਮੁਖੋ ਆਤਮਕ ਬਦਲਾਵ ਹੈ, ਸਰੀਰਕ ਬਦਲਾਵ ਨਹੀਂ। ਸਰੀਰ ਜਿੱਦਾਂ ਦਾ ਵਾਹਿਗੁਰੂ ਨੇ ਬਣਾਇਆ ਸਾਡਾ, ਪਹਿਲਾਂ ਹੀ ਪੂਰਾ ਹੀ ਬਣਾਇਆ, ਕੋਈ ਕਮੀ ਨਹੀਂ ਇਹਦੇ ਵਿੱਚ। ਗੁਰੂ ਜੀ ਸਰੀਰਕ ਬਦਲਾਵ ਥੋੜ੍ਹਾ ਕਰਦੇ ਆ, ਸਰੀਰ ਤਾਂ ਪਹਿਲਾਂ ਹੀ ਪਰਮਾਤਮਾ ਨੇ ਪੂਰਾ ਹੀ ਬਣਾਇਆ, ਪੂਰੇ ਕਾ ਕੀ ਆ, ਸਭ ਕੁਛ ਪੂਰਾ ਬਦਲਿਆ। ਅਤੇ ਮਨ ਹੈ, ਗੁਰੂ ਮਨ ਬਦਲਦਾ ਹੈ। ਜਦੋਂ ਕਹਿੰਦੇ ਨਾ ਆਪਾਂ ਚਿੜੀਓ ਸੇ ਮੈਂ ਬਾਜ ਬਣਾਊਂ, ਉਹਦਾ ਅਰਥ ਕੀ ਹੈ? ਵੀ ਕਮਜ਼ੋਰ ਦਿਲ ਵਾਲਿਆਂ ਨੂੰ ਬਹਾਦਰ ਬਣਾ ਦਊਂ,
ਜਿਹੜੇ ਚਿੜੀਆਂ ਵਰਗੇ ਸੀ, ਇੱਦਾਂ ਜ਼ੁਲਮ ਸਹਿੰਦੇ ਸੀ, ਉਹਨਾਂ ਨੂੰ ਬਾਜ਼ਾਂ ਵਰਗੇ ਬਣਾ ਦਿੱਤਾ, ਸ਼ਿਕਾਰੀ ਬਣਾ ਦਿੱਤਾ। ਇੱਦਾਂ ਲੋਕ ਡਰਦੇ ਆ, ਬੰਦੇ ਉਹੀ ਹੈ ਜਿਹੜੇ ਕਹਿੰਦੇ ਸੀ ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਡਰ ਪਾਏ, ਬੰਦੇ ਉਹੀ ਹੈ। ਪਰ ਗੁਰੂ ਨੇ ਕੀ ਕੀਤਾ, ਉਹਨਾਂ ਅੰਦਰ ਇੱਦਾਂ ਆਤਮਕ ਸ਼ਕਤੀ ਭਰ ਦਿੱਤੀ, ਇੱਦਾਂ ਬਹਾਦਰੀ ਭਰ ਦਿੱਤੀ। ਇਹਨੂੰ ਕਹਿੰਦੇ ਨੇ ਜਿਉਂਦੇ ਨੂੰ ਮੁਰਦਾ, ਮੁਰਦੇ ਨੂੰ ਜਿਉਂਦਾ ਕਰ ਦੇਣਾ। ਬਸ ਇੱਦਾਂ ਗੁਰੂ ਜੀ ਮੁਰਦਿਆਂ ਨੂੰ ਜਿਉਂਦਾ ਕਰ ਦਿੰਦੇ ਆ, ਚਿੜੀਆਂ ਵਰਗਿਆਂ ਨੂੰ ਬਾਜ਼ਾਂ ਵਰਗੇ ਬਣਾ ਦਿੰਦੇ ਆ ਇੱਦਾਂ। ਇਸ ਕਰਕੇ ਰੱਬ ਜਿਹੜੇ ਭੁੱਲੀ ਬੈਠੇ ਹੈ, ਮੁਰਦੇ ਹੋਏ ਬੈਠੇ ਹੈ। ਹੁੰਦਾ ਨਾ ਬੰਦਾ, ਮੈਂ ਇੱਕ ਦਿਨ ਬੇਨਤੀ ਕੀਤੀ, ਬੰਦੇ ਦੀ ਲੱਖ ਰੁਪਈਆ ਤਨਖਾਹ ਹੈ, ਲੱਖ ਰੁਪਈਆ ਤਨਖਾਹ, ਚੌਂਕ ਦੇ ਉੱਤੇ ਖੜ ਕੇ ਪੁਲਿਸ ਦੀ ਵਰਦੀ ਪਾ ਕੇ ਜਿਹੜਾ ਬੰਦਾ 300 ਦੀ ਦਿਹਾੜੀ ਕਰਦਾ ਉਹਦੇ ਕੋਲੋਂ ਰਿਸ਼ਵਤ ਮੰਗਦਾ, ਲੱਖ ਰੁਪਈਆ ਮਹੀਨੇ ਦਾ ਕਮਾਉਣ ਵਾਲਾ 300 ਰੁਪਈਏ ਦੀ ਦਿਹਾੜੀ ਕਰਨ ਵਾਲੇ ਬੰਦੇ ਕੋਲੋਂ ਰਿਸ਼ਵਤ ਮੰਗਦਾ, ਅਰਥ ਕੀ ਆ ਵੀ ਮੁਰਦਾ ਹੋ ਚੁੱਕਿਆ, ਉਹਦੀ ਆਤਮਾ ਮਰ ਗਈ ਹੈ। ਇਹੀ ਨਿਸ਼ਾਨੀ ਹੈ ਮਰਨ ਦੀ। ਇੱਦਾਂ ਦੇ ਮੁਰਦਿਆਂ ਨੂੰ ਗੁਰੂ ਜੀ ਸ਼ਬਦ ਦੇ ਕੇ ਜਿਉਂਦਾ ਕਰ ਦਿੰਦੇ ਆ, ਜਿਨ੍ਹਾਂ ਅੰਦਰੋਂ ਤਰਸ ਮਰ ਚੁੱਕਿਆ ਹੁੰਦਾ ਹੈ, ਜਿਨ੍ਹਾਂ ਅੰਦਰੋਂ ਦਇਆ ਮਰ ਚੁੱਕੀ ਹੁੰਦੀ ਹੈ। ਇੱਦਾਂ ਦੀ ਪਾਤਸ਼ਾਹ ਕਹਿੰਦੇ, ਮ੍ਰਿਤਕ ਕਉ ਜੀਵਾ ਲਣਹਾਰ, ਭੁੱਖੇ ਕਉ ਦੇਵਤ ਆਧਾਰ। ਜਿਹੜੇ ਆਤਮਕ ਤੌਰ 'ਤੇ ਭੁੱਖੇ ਹਨ, ਅਰਥ ਕੀ ਬਣਿਆ, ਜਿਹੜੇ ਬਿਲਕੁਲ ਭੁੱਖੇ ਨੇ, ਕਦੇ ਨਾਮ ਜਪਿਆ ਹੀ ਨਹੀਂ, ਸਿਮਰਨ ਕੀਤਾ ਹੀ ਨਹੀਂ, ਰੱਬੀ ਗੁਣਾਂ ਤੋਂ ਹੀਣੇ ਨੇ। ਜਿਹੜੇ ਭੁੱਖੇ ਦਾ ਕੀ ਅਰਥ ਹੈ, ਰੱਬੀ ਗੁਣਾਂ ਤੋਂ ਹੀਣੇ ਨੇ। ਦੇਵਤ ਆਧਾਰ, ਉਹਨਾਂ ਨੂੰ ਪਰਮੇਸ਼ਰ ਜੀ ਨਾਮ ਦਾ ਸਹਾਰਾ ਦਿੰਦੇ ਹਨ। ਸਰਬ ਨਿਧਾਨ, ਸਾਰੇ ਦੁਨੀਆਂ ਦੇ ਖਜ਼ਾਨੇ, ਸਰਬ ਨਿਧਾਨ, ਨਿਧਾਨ ਹੁੰਦਾ ਖਜ਼ਾਨਾ। ਜਾ ਕੀ ਦ੍ਰਿਸ਼ਟੀ ਮਾਹੇ, ਸਾਰੇ ਦੁਨੀਆਂ ਦੇ ਖਜ਼ਾਨੇ ਉਸ ਪਰਮਾਤਮਾ ਦੀ ਦ੍ਰਿਸ਼ਟੀ ਦੇ ਹੇਠਾਂ ਨੇ। ਪੁਰਬ ਲਿਖੇ ਕਾ ਲੈਣਾ ਪਾਹੇ, ਭਾਈ ਜੋ ਇਹ ਦੁੱਖ ਸੁੱਖ ਅਸੀਂ ਭੋਗ ਰਹੇ ਹਾਂ, ਇਹ ਪੁਰਬ ਲਿਖੇ ਕਾ, ਪਹਿਲਾਂ ਕੀਤੇ ਹੋਏ ਕਰਮਾਂ ਦਾ ਲੇਖਾ ਹੀ ਭੁਗਤ ਰਹੇ ਹਾਂ। ਇਹ ਗੱਲ ਚੇਤਾ ਰੱਖੋ ਜੀ, ਮੈਂ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਸੀ, ਰੱਬ ਦੇ ਘਰੋਂ ਦੁੱਖ ਨਹੀਂ ਜੀ ਮਿਲਦੇ, ਉਹ ਤਾਂ ਸੁੱਖ ਨਿਦਾਨ ਹੈ, ਦੁੱਖ ਤਾਂ ਅਸੀਂ ਪੈਦਾ ਕੀਤੇ ਹੋਏ ਆ ਗੁਰਮੁਖੋ। ਇੱਦਾਂ ਕਰਕੇ ਕਈ ਕਈ ਤਾਂ ਕਈ ਦੁੱਖ ਨੇ ਨਾ, ਜਿਹੜੇ ਕਈ ਦੁੱਖ ਸਮਝੋ ਜੇ ਇਸ ਦਿਨ ਵਿਚਾਰ ਕਰਾਂਗੇ, ਬਹੁਤਾਂਤ ਦੁੱਖ ਤਾਂ ਸਾਡੇ ਖਾਣ ਪੀਣ ਵਿੱਚੋਂ ਪੈਦਾ ਹੋਏ ਆ, ਬਹੁਤੇ ਦੁੱਖ। ਅੱਜ ਕਿਹੜਾ, ਅੱਜ ਕੱਲ੍ਹ ਖਾਸ ਕਰ ਸ਼ਹਿਰੀ ਜੀਵਨ ਹੈ ਤੁਹਾਡਾ, ਆ ਜਿੰਨਾ ਤੁਹਾਨੂੰ ਆ ਸ਼ੂਗਰ ਦੀਆਂ ਸ਼ੂਗਰ ਲੱਗਿਆ ਹੋਇਆ, ਇਹ ਤੁਹਾਡੇ ਏਸੀਆਂ ਦੀ ਦਿੱਤੀ ਹੋਈ ਦਾਤ ਹੈ। ਜਿਹੜਾ ਬੰਦਾ ਏਸੀ 'ਚ ਸੌਂਦਾ 10-12 ਘੰਟੇ, ਉਹਨੂੰ 50 ਸਾਲ ਤੋਂ ਬਾਅਦ ਸ਼ੂਗਰ ਹੋਣੀ ਹੈ। ਹੁਣ ਤੁਸੀਂ ਕਹੋ ਜੀ ਰੱਬ ਨੇ ਸ਼ੂਗਰ ਕਰਤੀ, ਵੀ ਤੇਰੀ ਸੁੱਖ ਨੇ ਕੀਤੀ ਹੈ। ਘਰ 'ਚ ਦਰਖਤ ਲਾਉਣ ਨੂੰ ਕੋਈ ਤਿਆਰ ਨਹੀਂ, ਅਤੇ ਏਸੀ ਲਵਾਉਣ ਨੂੰ ਸਾਰੇ ਤਿਆਰ। ਦਰਖਤ ਲਾਓ ਘਰਾਂ ਦੇ ਵਿੱਚ, ਤੁਸੀਂ ਚੰਡੀਗੜ੍ਹ ਜਾ ਵੜੋ, 4-5 ਡਿਗਰੀ ਘੱਟ ਟੈਂਪਰੇਚਰ ਹੁੰਦਾ ਸਭ ਤੋਂ ਆਮ, ਸਾਡੇ ਇੱਥੋਂ ਨਾਲੋਂ, ਪੰਜਾਬ ਦੇ ਨਾਲੋਂ ਚੰਡੀਗੜ੍ਹ 4-5 ਡਿਗਰੀ ਟੈਂਪਰੇਚਰ ਘੱਟ ਹੁੰਦਾ। ਕਿਉਂ, ਦਰਖਤ ਵਾਲੇ ਆ ਉੱਥੇ, ਇੱਦਾਂ ਹੀ ਹੁੰਦਾ, ਤੁਸੀਂ ਤਾਂ ਭੈਣ ਜੀ ਜਾਂਦੇ ਹੋ, ਹਮਨੰਦ ਸਿੰਘ ਇੱਦਾਂ ਹੀ ਹੁੰਦਾ ਨਾ, ਤਾਂ ਘੱਟ ਹੈ ਉੱਥੇ ਟੈਂਪਰੇਚਰ, ਕਿਉਂ, ਦਰਖਤ ਵੱਧ ਹੈ। ਹੁਣ ਦਰਖਤ ਸਾਡੇ ਘਰਾਂ ਵਿੱਚੋਂ ਖਤਮ ਹੋ ਗਏ ਨੇ, ਅਤੇ ਏਸੀ 5-5 ਹੋ ਗਏ ਨੇ,
ਭਾਈ ਦਰਖਤ ਲਾਓ ਘਰਾਂ ਦੇ ਵਿੱਚ, ਸੰਘਣੇ ਦਰਖਤ ਲਾਓ, ਸੁੱਖ ਮਾਣਾਂਗੇ। ਇਹ ਸਾਡੀਆਂ ਬਿਮਾਰੀਆਂ ਪੈਦਾ ਕੀਤੀਆਂ ਹੋਈਆਂ ਸਾਰੀਆਂ। ਇੱਦਾਂ ਕਰਕੇ ਪਾਤਸ਼ਾਹ ਕਹਿੰਦੇ ਸਭ ਪੁਰਬ ਲਿਖੇ ਕਾਂ, ਪਹਿਲਾਂ ਕੀਤੇ ਹੋਏ ਕਰਮਾਂ ਦਾ ਲੈਣਾ ਪਾਹੇ, ਤੂੰ ਬਸ ਆ ਲਾਹਾ ਪ੍ਰਾਪਤ ਕਰ ਰਿਹਾ। ਚੰਗਿਆਂ ਦਾ ਲਾਹਾ ਚੰਗਾ ਪ੍ਰਾਪਤ ਹੋ ਰਿਹਾ, ਮਾੜੇ ਦਾ ਲਾਹਾ ਮਾੜਾ ਪ੍ਰਾਪਤ ਹੋ ਰਿਹਾ। ਸਭ ਕਿਛ ਤਿਸਕਾਂ, ਸਭ ਕੁਛ ਉਸ ਪਰਮਾਤਮਾ ਦਾ ਹੀ ਹੈ। ਉਹ ਕਰਨ ਯੋਗ ਸਭ ਕੁਛ ਕਰਨ ਦੀ ਸਮਰੱਥਾ ਹੈ ਉਸ ਪਰਮਾਤਮਾ ਦੇ ਵਿੱਚ। ਤਿਸ ਬਿਨ ਦੂਸਰ, ਉਸ ਤੋਂ ਬਿਨਾਂ ਦੂਜਾ ਹੋਆ ਨਾ ਹੋਗ, ਨਾ ਕੋਈ ਉਹਦੇ ਵਰਗਾ ਦੂਜਾ ਹੋਇਆ ਅਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਜਪ ਜਨ ਐ ਭਾਈ, ਹੇ ਪੁਰਖ, ਹੇ ਜਨ, ਜਪਿਆ ਕਰ। ਕਿਹਨੂੰ ਜਪਿਆ ਕਰਾਂ? ਸਦਾ ਸਦਾ ਦਿਨ ਰਹਿਣੀ, ਸਦਾ ਹੀ ਦਿਨ ਰਾਤ ਉਸ ਪਰਮਾਤਮਾ ਨੂੰ ਜਪਿਆ ਕਰ। ਹੋਵੇਗਾ ਕਿ ਸਭ ਤੋਂ ਉੱਚ ਨਿਰਮਲ ਇਹ ਕਰਨੀ, ਸਾਰਿਆਂ ਤੋਂ ਉੱਚੀ ਕਰਨੀ ਇਹ ਹੈ। ਕਰਨੀ ਦਾ ਕੀ ਅਰਥ ਹੈ? ਕੰਮ। ਸਾਰਿਆਂ ਤੋਂ ਉੱਚਾ ਕਰਮ ਇਹ ਹੈ ਕਿਹੜਾ? ਸਦਾ ਉਸ ਪਰਮਾਤਮਾ ਨੂੰ ਯਾਦ ਰੱਖਣਾ, ਉਹਨੂੰ ਜਪਣਾ, ਇਹ ਸਾਰਿਆਂ ਤੋਂ ਉੱਚਾ ਕਰਮ ਹੈ। ਗੁਰਮੁਖ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੋਂ ਉੱਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਮ ਦੀਆਂ ਦਾਤਾਂ ਬਖਸ਼ੀਆਂ। ਪ੍ਰਮੁੱਖੋਂ ਨਾਮ ਦੀ ਦਾਤ ਮਿਲ ਜਾਣੀ, ਸਿਮਰਨ ਦੀ ਦਾਤ ਮਿਲ ਜਾਣੀ, ਸਭ ਤੋਂ ਵੱਡੀ ਦਾਤ ਹੈ। ਪੁਰਾਤਨ ਜਿਹੜੇ ਸਿੱਖ ਸਨ ਨਾ, ਜਦੋਂ ਇਤਿਹਾਸ ਪੜ੍ਹੀਏ, ਸੱਚ ਹੈ ਗੁਰਮੁਖੋ, ਤੁਸੀਂ ਬਹੁਤ ਘੱਟ ਇਤਿਹਾਸ ਵਿੱਚ ਐਸਾ ਪੜ੍ਹੋਗੇ ਵੀ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਦੁਨਿਆਵੀ ਪਦਾਰਥਾਂ ਮੰਗੇ ਹੋਣ। ਨਹੀਂ, ਜਦੋਂ ਮੰਗਿਆ ਨਾਮ ਮੰਗਿਆ, ਬਸ ਸਿੱਖੀ ਦੀ ਦਾਤ ਮੰਗੀ। ਕਿਉਂ? ਇਹਦਾ ਅਰਥ ਇਹ ਸੀ ਵੀ ਉਹ ਸਬਰ ਵਿੱਚ ਆ ਚੁੱਕੇ ਆ, ਉਹ ਇਸ ਗੱਲ ਨੂੰ ਸਮਝ ਚੁੱਕੇ ਸੀ ਕਿ ਅਮੀਰ ਸੋਨੇ ਦੇ ਭਾਂਡੇ ਬਣਾ ਸਕਦਾ ਅਤੇ ਗਰੀਬ ਦੇ ਕੋਲ ਮਿੱਟੀ ਦੇ ਹੋ ਸਕਦੇ ਹੈ, ਪਰ ਪੇਟ ਤਾਂ ਆਟੇ ਦੀ ਰੋਟੀ ਨੇ ਭਰਨਾ, ਉਹ ਬਰਤਨਾਂ ਨੇ ਨਹੀਂ ਭਰਨਾ। ਬਰਤਨ ਵੱਖਰਾ ਵੱਖਰਾ ਹੋ ਸਕਦਾ, ਕਿਸੇ ਦਾ ਮਹਿੰਗਾ ਕਿਸੇ ਦਾ ਸਸਤਾ, ਪਲੇਟ ਮਹਿੰਗੀ ਹੋ ਸਕਦੀ ਹੈ ਖਾਣ ਵਾਲੀ, ਪਰ ਪਲੇਟ ਨੇ ਨਹੀਂ ਭੋਜਨ, ਪੇਟ ਜਿਹੜਾ ਹੈ ਭੋਜਨ ਨੇ ਭਰਨਾ ਹੈ। ਬਸ ਇਹ ਗੱਲ ਚੇਤਾ ਰੱਖੀ। ਘਰ ਵਿੱਚ ਭਾਵੇਂ 5 ਕਮਰੇ ਨੇ, 10 ਕਮਰੇ ਹੈ ਘਰ ਦੇ ਵਿੱਚ ਅਤੇ 10 'ਚ ਬੈੱਡ ਲੱਗੇ ਹੈ, ਸੌਣ ਲਈ ਇੱਕੋ ਹੀ ਚਾਹੀਦਾ। ਹੁਣ ਉਹ 9 ਤਾਂ ਦਿਖਾਵੇ ਲਈ ਹੈ ਨਾ, ਫਿਰ ਇਹ ਕਹਿ ਲਓ ਇੱਦਾਂ ਹੀ ਹੁੰਦਾ। ਸੌਣ ਥੋੜ੍ਹਾ ਇੱਦਾਂ ਥੋੜ੍ਹਾ ਵੀ 10 ਬੈੱਡਰੂਮ 10 'ਚ ਸੌਂ ਜਾਵਾਂਗੇ ਆਪਾਂ ਕਿਤੇ ਜਾ ਕੇ, ਇੱਕੋ ਹੀ ਚਾਹੀਦਾ ਨਾ। ਅਰਥ ਕੀ ਬਣਿਆ? ਵੀ ਜਦੋਂ ਲੋੜਾਂ ਸੰਗ ਜਿਉਣਾ ਆ ਜਾਏ ਨਾ, ਜਿੰਨੀ ਲੋੜ ਹੈ ਮੈਨੂੰ, ਜਿੰਨੀ ਲੋੜ ਹੈ, ਲੋੜ ਸਾਰਿਆਂ ਦੀ ਵੱਖੋ ਵੱਖਰੀ ਹੈ। ਕਿਸੇ ਦੇ ਘਰ ਦੇ ਪਰਿਵਾਰ ਦੇ 4 ਜੀ ਨੇ, ਉਹਨੂੰ ਘਰ ਦੀ ਵੱਖਰੀ ਲੋੜ ਹੈ, ਕਿਸੇ ਦੇ ਘਰ ਦੇ 10 ਜੀ ਨੇ, ਉਹਨੂੰ ਘਰ ਦੀ ਵੱਖਰੀ ਲੋੜ ਹੈ। ਹੁਣ ਹੋਵੇ ਘਰ ਦੇ 4 ਜੀ ਅਤੇ ਮਹਿਲ ਏਡਾ ਬਣਾ ਕੇ ਬਹਿ ਜੇ, ਫਿਰ ਡਰੀ ਜਾਂਦਾ, ਹਾਏ ਖਾਲੀ ਪਿਆ ਜੀ, ਭੂਤਾਂ ਵਾਂਗੂ ਲੱਗਦਾ। ਕਈ ਕਈ ਇੱਦਾਂ ਦੇ ਨੇ, ਉਹ ਉਹ ਮੇਰੇ ਜਾਣ ਪਛਾਣ ਜਲੰਧਰ ਦੇ ਵਿੱਚ ਨੇ, ਉਹ ਮਾਂ ਪਿਓ ਪੁੱਤ ਚਲੇ ਗਏ ਅਮਰੀਕਾ, ਮਾਵਾਂ ਧੀਆਂ ਰਹਿ ਗਈਆਂ। ਉਹ ਧੀ ਕਹਿਣ ਲੱਗੀ, ਮੰਮੀ ਆਪਣਾ ਤਾਂ ਘਰ ਨਿੱਕਾ ਲੱਗਦਾ, ਵੱਡਾ ਪਾਲ ਗਏ ਆਪਾਂ ਵੀ। ਪੈਸਾ ਹੋ ਜਾਂਦਾ ਇੱਦਾਂ, ਪੈਸਾ ਠੀਕ ਹੈ ਜੀ, ਉਹ ਕੋਠੀ ਵੇਚੀ 50 ਲੱਖ ਦੀ, 25 ਕਰੋੜ ਦੀ ਹੋਰ ਪਾਲੀ,
ਉਹ ਮੈਂ ਇੱਕ ਵਾਰੀ ਮਿਲਣ ਗਿਆ, ਭੈਣ ਜੀ ਕੀ ਹੋ? ਕਹਿੰਦੀ ਗਿਆਨੀ ਜੀ ਦੁਖੀ ਹੋਏ ਪਏ, ਪੁੱਛਿਆ ਕਿ ਘਰ ਵੱਡਾ ਪਾ ਲਿਆ, ਹੁਣ ਇੰਝ ਲੱਗਦਾ ਵੀ ਭੂਤਾਂ ਦਾ ਵਾੜਾ ਹੀ ਬਣਾ ਲਿਆ, ਰਹਿਣ ਵਾਲੀਆਂ ਤਾਂ ਦੋ ਐ ਸੀ, ਹੁਣ ਡਰ ਲੱਗਦਾ ਉਹਦੇ ਵਿੱਚੋਂ। ਇੱਦਾਂ ਹੁੰਦਾ ਕਈ ਵਾਰ ਵੀ ਵੱਡਾ ਹੀ ਏਡਾ ਬਣਾ ਲਿਆ, ਰਹਿਣ ਵਾਲੇ ਦੋ ਜੀ ਨੇ, ਵੀ ਲੋੜ ਸੀ ਠੀਕ ਸੀ ਉੱਡਾ, ਲੋੜਾਂ ਮੁਤਾਬਕ ਜਿਉਣਾ। ਗੁਰਮੁਖੋ, ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਉਹ ਸਾਡੀ ਭੁੱਖ ਨੇ ਦੁਖੀ ਕੀਤੀ ਹੈ, ਇੱਛਾਵਾਂ ਬਹੁਤ ਜ਼ਿਆਦਾ ਨੇ, ਦੂਜਿਆਂ ਨੂੰ ਵੇਖ ਕੇ ਜਾਣੇ ਆ, ਹਾਏ ਉਹਦੇ ਕੋਲ ਇਹ ਹੈ, ਤੂੰ ਦੇਖ ਵੀ ਲੋੜ ਤੈਨੂੰ ਕੀ ਹੈ, ਕਿਉਂ ਦੁਖੀ ਹੋਈ ਜਾਂਦਾ। ਤੋ ਇੱਦਾਂ ਕਰ ਕਿਰਪਾ ਜਿਸ ਕੋ ਨਾਮ ਦੀ ਆ, ਕਿਰਪਾ ਕਰਕੇ ਜਿਸ ਨੂੰ ਪਰਮਾਤਮਾ ਨੇ ਨਾਮ ਦੀ ਦਾਤ ਦਿੱਤੀ। ਨਾਮ ਦੀ ਦਾਤ ਸਭ ਤੋਂ ਵੱਡੀ ਹੈ, ਨਾਮ ਵਿੱਚੋਂ ਹੀ ਸਬਰ ਆਉਣਾ, ਸੰਤੋਖ ਆਉਣਾ, ਆਤਮਕ ਸ਼ਾਂਤੀ ਆਉਣੀ ਹੈ, ਇਹਦੇ ਵਿੱਚੋਂ ਗੁਰਮੁਖ ਤ੍ਰਿਸ਼ਨਾ ਮਿਟਣੀ ਹੈ, ਹਉਮੈ ਮਿਟਣੀ ਹੈ, ਸਭ ਤੋਂ ਵੱਡੀ ਦਾਤ ਜਿਹਨੂੰ ਕਹਿੰਦੇ ਸਰਬ ਰੋਗਾਂ ਔਖਦ ਨਾਮ, ਸਾਰਿਆਂ ਰੋਗਾਂ ਦਾ ਜਿਹੜਾ ਇਲਾਜ ਹੈ ਨਾ ਉਹ ਨਾਮ ਦੇ ਕੋਲ ਹੈ। ਕਰ ਕਿਰਪਾ ਜਿਸ ਕਹੋ ਨਾਮ ਦੀ ਆ, ਨਾਨਕ ਸੋ ਜਨ, ਹੇ ਭਾਈ ਉਹ ਜਨ ਨਿਰਮਲ ਥੀ ਆ, ਪਵਿੱਤਰ ਹੋ ਜਾਂਦਾ, ਉਹਦਾ ਜੀਵਨ ਪਵਿੱਤਰ ਹੋ ਜਾਂਦਾ, ਉਹਦੀ ਕਰਨੀ ਪਵਿੱਤਰ ਹੋ ਜਾਂਦੀ ਹੈ, ਉਹਦਾ ਬੋਲਣਾ ਪਵਿੱਤਰ ਹੋ ਜਾਂਦਾ, ਜਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਨਾਮ ਦੀ ਦਾਤ ਬਖਸ਼ੀ ਹੈ। ਕਰ ਕਿਰਪਾ ਜਿਸ ਕਹੋ ਨਾਮ ਦੀ ਆ, ਨਾਨਕ ਸੋ ਜਨ ਨਿਰਮਲ ਥੀ ਆ, ਉਹ ਜਨ ਪਵਿੱਤਰ ਹੋ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।